ਕਿਆ ਪੜਿਆ ਸਭ ਬੁਲਾ ਰਹੀ ਇੱਕ ਨਾਮ ਸਜਣ ਦਾ ਗਾ ਰਹੀ ਰਗ ਰਗ ਤੇ ਲੂਲੂ ਸਾਹਾਂ ਨਾਲ ਦਿਲ ਲੱਗਿਆ ਬੇਪਰਵਾਹਾਂ ਨਾਲ ਜਿੱਥੇ ਦਮ ਮਰਨ ਦੀ ਨਹੀਂ ਮਜਾਲ ਸੱਲਾ ਲਏ ਜ਼ੁਲ ਜਲਾਲ ਕੀਤੀ ਭੁਜ ਕੇ ਵਾਂਗ ਕਬਾਬ ਹੋਏ ਪੀਤੇ ਬਾਦ ਸ਼ਰਾਬ ਖਰਾਬ ਹੋਏ ਸਰ ਸ਼ਾਰ ਤੇ ਬੇਤਾਬ ਹੋਏ ਉਹਨਾਂ ਖੂਨੀਆਂ ਮਸਤ ਨਿਗਾਹਾਂ ਨਾਲ ਦਿਲ ਲੱਗਿਆ ਬੇਪਰਵਾਹਾਂ ਨਾਲ ਜਿੱਥੇ ਦਮ ਮਰਨ ਦੀ ਨਹੀਂ ਮਜਾਲ ਉਹ ਸੱਲਾ ਲਏ ਜ਼ੁਲ ਜਲਾਲ ਕੀਤੀ ਵਿੱਚ ਗਮਾਂ ਗਲਤਾਨ ਹੋਏ ਅੰਦਰ ਯਾਦ ਸਜਣ ਮਸਤਾਨ ਹੋਏ ਹੈਰਾਨ ਤੇ ਬਹੁ ਪਰੇਸ਼ਾਨ ਹੋਏ ਉਹਨਾਂ ਪੇਚੀਆਂ ਜ਼ੁਲਫ ਸਿਆਹਾਂ ਨਾਲ ਦਿਲ ਲੱਗਿਆ ਬੇਪਰਵਾਹਾਂ ਨਾਲ ਜਿੱਥੇ ਦਮ ਮਰਨ ਦੀ ਸੱਲਾ ਲਏ ਜ਼ੁਲ ਜਲਾਲ ਉਹ ਮੇਰੇ ਅਲੀ ਤੂੰ ਕੌਣ ਵਿਚਾਰਾ ਉਹ ਨਿਪਟ ਲਾਸ਼ਾ ਤੇ ਔ ਗਨਹਾਰਾ ਹਜ਼ੂਰ ਦੇਖੋ ਸਾਡੇ ਵੱਡਿਆਂ ਦੀ ਆਜ਼ੀ ਦੇਖੋ ਮੈਂ ਕਿਉਂ ਕੁਛ ਵੀ ਨਹੀਂ ਤੇਰੇ ਕੋਲੋਂ ਹਾਲਾਂਕਿ ਇਹਨਾਂ ਨੂੰ ਹਜ਼ੂਰ ਦੀ ਜ਼ਿਆਰਤ ਹੋਈ ਫਿਰ ਖੂਨੇ ਰਸੂਲ ਹੈ ਅਤੇ ਅੱਜ ਲੋਕ ਜਨਾਬ ਦੋ ਨਮਾਜ਼ਾਂ ਪੜ੍ਹ ਕੇ ਤੇ ਜਨਾਬ ਉਹਨਾਂ ਨੂੰ ਹਜ਼ੂਰ ਦੀ ਮਕਾਮ ਨਹੀਂ ਸਮਝ ਆਉਂਦਾ ਅੰਗੂਠੇ ਚੁੰਮਣ ਦੇ ਉਹਨਾਂ ਦੇ ਮਸਾਇਲ ਬਣ ਜਾਂਦੇ ਨੇ ਖੜੇ ਹੋ ਕੇ ਸਲਾਤ ਉਸਲਾਮ ਦੇ ਮਸਾਇਲ ਬਣ ਜਾਂਦੇ ਨੇ ਮਿਲਾਦ ਸ਼ਰੀਫ ਦੇ ਮਿਸਾਇਲ ਬਣ ਜਾਂਦੇ ਨੇ ਹਜ਼ੂਰ ਦੀ ਸ਼ਫਾਤ ਦੇ ਉੱਤੇ ਗੁਫਤਗੂ ਬਹਿ ਕੇ ਸ਼ੁਰੂ ਕਰਦੇ ਨੇ ਸੁਣੋ ਇਲਮ ਲਦੁਨੀ ਅੱਲਾ ਨੇ ਸ਼ਾਹ ਨੂੰ ਇਲਮ ਲਦੁਨੀ ਅਤਾ ਫਰਮਾਇਆ ਔਰ ਪਾਵਰ ਕਿਤਨੀ ਦਿੱਤੀ ਕਾਣੇ ਦੇ ਮੁਕਾਬਲੇ ਜਦੋਂ ਕਾਣੇ ਦੇ ਮੁਕਾਬਲੇ ਚ ਆਏ ਨਾ ਮਿਰਜ਼ੇ ਦੇ ਚ ਤੇ ਮਿਰਜ਼ੇ ਨੇ ਐਵੇਂ ਬਕ ਬਕਾਰੇ ਕੀਤੇ ਤੇ ਪੀਰ ਮੇਰੇ ਅਲੀ ਸ਼ਾਹ ਸਾਹਿਬ ਫਰਮਾਇਆ ਜੇ ਕਾਣਾ ਕਹਿੰਦਾ ਨਾ ਕਿ ਹਜ਼ੂਰ ਆਖਰੀ ਨਬੀ ਵਨ ਤੇ ਮੈਨੂੰ ਕਹਿੰਦਾ ਦਲੀਲ ਇਸ ਦੇ ਉੱਤੇ ਤੂੰ ਦੇ ਮੁਰਦਾ ਜ਼ਿੰਦਾ ਕਰਕੇ ਵੇਖਾ ਤੇ ਪੀਰ ਸਾਹਿਬ ਫਰਮਾਇਆ ਮੈਂ ਅੱਜ ਮੁਰਦਾ ਵੀ ਜ਼ਿੰਦਾ ਕਰਕੇ ਵੇਖਾ ਦੇਣਾ ਐਡਾ ਸ਼ੇਰ ਆਦਮੀ ਕਿਉਂ ਜੀ ਐਡਾ ਫਕੀਰ ਆਦਮੀ ਜਿਹਨਾਂ ਦੇ ਮੌਲਾਨਾ ਗੁਲਾਮ ਅਹਿਮਦ ਗੋਟਵੀ ਬੜੇ ਵੱਡੇ ਆਲਮ ਸਨ ਤੇ ਸ਼ੇਖੁਲ ਜਾਮਿਆ ਸਨ ਬਾਵਲਪੁਰ ਪੜ੍ਹਾਉਂਦੇ ਸਨ ਤੇ ਬੜੇ ਵਜੀ ਵੀ ਸਨ ਕੱਦ ਬੁੱਤ ਵੀ ਉਹਨਾਂ ਦਾ ਬੜਾ ਵੱਡਾ ਸੀ ਤੇ ਉਹਨਾਂ ਸੁਣਿਆ ਮੇਰੇ ਅਲੀ ਸ਼ਾਹ ਕੋ ਇਲਮ ਲਦੁਨੀ ਹੈ ਉਹਨਾਂ ਜਨਾਬ ਐਡਾ ਸਾਰਾ ਵੱਡਾ ਸਾਰਾ ਵਰਕਾ ਲਿਖਿਆ ਬਾਵਲਪੁਰ ਤੋਂ ਚੱਲੇ ਗੋਲੜੇ ਸ਼ਰੀਫ ਤੇ ਆਉਂਦਾ ਕਹਿਣ ਲੱਗੇ ਮੈਂ ਅੱਜ ਮੇਰੇ ਅਲੀ ਸ਼ਾਹ ਨੂੰ ਲਾਜਵਾਬ ਕਰ ਦੇਣਾ ਤੇ ਜਦੋਂ ਪੀਰ ਸਾਹਿਬ ਦੇ ਸਾਹਮਣੇ ਆ ਕੇ ਖਾਲੀ ਬੈਠੇ ਨਾ ਤੇ ਪੀਰ ਸਾਹਿਬ ਨੇ ਇੱਕ ਨਿਗਾਹ ਪਾਈ ਤੇ ਉਹਨੇ ਇਲਮ ਦਾ ਭਾਂਡਾ ਹੀ ਮੁੱਕ ਗਿਆ ਹੱਥ ਜੋੜ ਖੜੋ ਤੇ ਉਹਨਾਂ ਕਿਹਾ ਹਜ਼ੂਰ ਮੇਰਾ ਇਲਮ ਵਾਪਸ ਕਰ ਦਿਓ ਮੈਂ ਕੋਈ ਸਵਾਲ ਨਹੀਂ ਕਰਦਾ ਹਾਂਜੀ ਇਤਨੀਆਂ ਸ਼ਾਨਾਂ ਦੇ ਮਾਲਿਕ ਜਦੋਂ ਹਜ਼ੂਰ ਦੀ ਗੱਲ ਆਈ ਤੇ ਫਿਰ ਉਹ ਮੇਰੇ ਅਲੀ ਤੂੰ ਕੌਣ ਵਿਚਾਰਾ ਔਰ ਨਿਪਟ ਲਾਸ਼ਾ ਤੇ ਔ ਗਨਹਾਰਾ ਔਰ ਸਰ ਤੇ ਚਾ ਕੇ ਤੂੰ ਐਬਾਂ ਦਾ ਭਾਰਾ ਬਸ ਅਸੀਂ ਤੁਹਾਨੂੰ ਗਲਤ ਪਾਸੇ ਲਾਇਆ ਇਹ ਜਿਹੜੇ ਤੁਸੀਂ ਵੱਡੇ ਬਜ਼ੁਰਗ ਇੱਥੇ ਸਾਰੇ ਬੈਠੇ ਹੋ ਅਸੀਂ ਤੁਹਾਡੇ ਪੁੱਤਰਾਂ ਨੂੰ ਗਲਤ ਪਾਸੇ ਲਾਇਆ ਤੁਹਾਡੇ ਲਬੈਕ ਦੇ ਨਾਰੇ ਤੁਹਾਡੇ ਪੁੱਤਰਾਂ ਕੋਲ ਲਵਾਏ ਇਹ ਜਨਾਬ ਕੇਬਲਾਂ ਤੇ ਇਹ ਵੇਖਦੇ ਸਨ ਤੇ ਇਹਨਾਂ ਦੇ ਅਸੀਂ ਤੁਹਾਡੇ ਬੱਚਿਆਂ ਦੁੱਧ ਪੀਂਦੇ ਬੱਚਿਆਂ ਨੂੰ ਕੇਬਲ ਲਬੈਕ ਦੇ ਨਾਰੇ ਲਵਾ ਦਿੱਤੇ ਤੁਹਾਡੇ ਸਕੂਲ ਵਾਲੇ ਬੱਚਿਆਂ ਕੋਲ ਨਿੱਕੇ ਨਿੱਕੇ ਬੱਚਿਆਂ ਕੋਲ ਵੀ ਤੁਹਾਨੂੰ ਤਾਂ ਸਾਡੇ ਲਬੈਕ ਦਾ ਸ਼ੁਕਰੀਆ ਅਦਾ ਕਰਨਾ ਚਾਹੀਦਾ ਤੁਹਾਡੀਆਂ ਨਸਲਾਂ ਨੂੰ ਵੀ ਸ਼ੁਕਰੀਆ ਅਦਾ ਕਰਨਾ ਚਾਹੀਦਾ ਕਿ ਯਾਰ ਇਹ ਕਿਤਨੀ ਅਜ਼ੀਮ ਜਮਾਤ ਹੈ ਕਿ ਇਹਨਾਂ ਬੱਚੇ ਬੱਚੇ ਦੀ ਜ਼ਬਾਨ ਵਿੱਚ ਆਪਣੇ ਨਬੀ ਦਾ ਨਾਂ ਜਾਰੀ ਕਰ ਦਿੱਤਾ ਸਾਡੇ ਖਿਲਾਫ ਗੱਲਾਂ ਨਾ ਕੀਤੇ ਕਰੋ ਅਸਲ ਲੱਖਾਂ ਸਾਡੇ ਐਬ ਹਨ ਉਹ ਤੇ ਮੇਰੇ ਐਬ ਕਿਆਮਤ ਵਾਲੇ ਦਿਨ ਤੇ ਹਜ਼ੂਰ ਹੀ ਆਣਗੇ ਤੇ ਗੱਲ ਸਾਡੇ ਐਬਾਂ ਤੇ ਪਰਦਾ ਪਵੇਗਾ ਇਹ ਨਹੀਂ ਤੁਸੀਂ ਮੇਰੇ ਨਾਲੋਂ ਸਾਰੇ ਨੇਕ ਹੋ ਸਾਡੇ ਖਿਲਾਫ ਇਹ ਗੱਲਾਂ ਕਮ ਅਸ ਕਮ ਅਸੀਂ ਜਿਤਨੇ ਵੀ ਕੋਈ ਜੁਰਮ ਕੀਤੇ ਨਾ ਇਸ ਦਾ ਤੁਸੀਂ ਬਦਲਾ ਸਾਨੂੰ ਨਹੀਂ ਦੇ ਸਕਦੇ ਕਿ ਪੂਰੀ ਦੁਨੀਆ ਉੱਤੇ ਪੂਰੇ ਹਜ਼ੂਰ ਦੀ ਉਮਤ ਵਿੱਚ ਅਸੀਂ ਲਬੈਕ ਦਾ ਨਾਰਾ ਇੰਜ ਲਵਾਇਆ ਕਿ ਜਿਸ ਵੇਲੇ ਨਾਰਾ ਲੱਗਦਾ ਪੂਰੀ ਦੁਨੀਆ ਇਨਥਰਾਉਂਦੀ ਕਹਿੰਦੇ ਉਹ ਲਬੈਕ ਵਾਲੇ ਆ ਗਏ ਉਹ ਲਬੈਕ ਵਾਲੇ ਆ ਗਏ ਇਹ ਕੋਈ ਮਾਮੂਲੀ ਬਾਤ ਹੈ ਤੁਸੀਂ ਸ਼ੁਕਰੀਆ ਸਾਡਾ ਅਦਾ ਕਰ ਸਕਦੇ ਹੋ ਜਿਹੜਾ ਵੀ ਸਾਡੇ ਖਿਲਾਫ ਗੱਲ ਕਰੇ ਉਹਨੂੰ ਇੱਕ ਗੱਲ ਜ਼ਰੂਰ ਕਰਨਾ ਯਾਰ ਉਹ ਕੋਈ ਕਹਿੰਦਾ ਸੀ ਆਵੇ ਹੀ ਆਵੇ ਕੋਈ ਕਹਿੰਦਾ ਸੀ ਜਾਵੇ ਹੀ ਜਾਵੇ ਕੋਈ ਕਹਿੰਦਾ ਸ਼ੇਰ ਆਇਆ ਕੋਈ ਕਹਿੰਦਾ ਗਿੱਦੜ ਆਇਆ ਕੋਈ ਕਹਿੰਦਾ ਲੂਮੜ ਆਇਆ ਕੋਈ ਕਹਿੰਦਾ ਤੀਰ ਆਇਆ ਕੋਈ ਕਹਿੰਦਾ ਬੱਲਾ ਆਇਆ ਕੋਈ ਕਹਿੰਦਾ ਜਨਾਬ ਸ਼ੇਰ ਆਇਆ ਦੇਖੋ ਦੇਖੋ ਕੌਣ ਆਇਆ ਦੱਸੋ ਇਹਨਾਂ ਦੇ ਸਾਰਿਆਂ ਦੇ ਨਾਰੇ ਅਸੀਂ ਅੱਗ ਵਿੱਚ ਸੁੱਟ ਕੇ ਸਿਰਫ ਤੁਹਾਡੀਆਂ ਜ਼ਬਾਨਾਂ ਤੇ ਦਿਲੋ ਦਿਮਾਗ ਉੱਤੇ ਤੇ ਤੁਹਾਡੇ ਰੂਹ ਨੂੰ ਅਸੀਂ ਮੁਅੱਤਰ ਨਹੀਂ ਕਰ ਦਿੱਤਾ ਹਜ਼ੂਰ ਦੇ ਨਾਰਿਆਂ ਨਾਲ